ਲੈਫਟ ਵਾਲਾ ਬੰਪਰ ਵੀ ਠੋਕਤਾ, ਰਾਈਟ ਵਾਲਾ ਵੀ ਠੋਕਤਾ, ਦੋਨੇ ਚੈੱਕ ਕਰਨੇ ਪੈਣਗੇ। ਸਿੱਧਾ ਇੰਜਨ ਲੱਗਾ, ਇੰਜਨ ਲੱਗੇ, ਇੰਜਨ ਕਿਵੇਂ ਲੱਗ ਜੂ ਯਾਰ, ਇਹਦਾ ਕੰਮ ਬਾਅਦ ਧਾਈ ਸੀ ਖਾਸੀ ਯਾਰ ਯਾਰ ਗਲਤੀ ਹੋ ਜਾਂਦੀ ਯਾਰ, ਇੱਡੀ ਕੀ ਖਾਸ ਗੱਲ ਹੈ। ਦੁਨੀਆ ਚ ਇੱਕ ਚੀਜ਼ ਹਮੇਸ਼ਾ ਔਨ ਰਹਿੰਦੀ ਹੈ, ਇਹਦਾ ਫੋਨ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਭ ਠੀਕ ਠਾਕ? ਸੋ ਦੇਖੋ ਆਪਣੀ ਸਾਰੀ ਪਲਟਨ ਜਿੰਨੀ ਵੀ ਹੈਗੀ ਆ ਘੁੰਮਣ ਨਹੀਂ ਚੱਲੇ ਆਪਾਂ, ਸਮਾਨ ਲੈਣ, ਕੁਛ ਘਰ ਦਾ ਸਮਾਨ ਲੈਣ ਚੱਲੇ ਹਾਂ। ਅਤੇ ਨਾਲ ਹੀ ਅੱਗੇ ਅੱਗੇ ਇੱਥੇ ਗੁਰਦੁਆਰਾ ਹੈਗਾ ਗੋਬਿੰਦਸਰ ਗੁਰਦੁਆਰਾ, ਜੋ ਕਿ ਤੁਸੀਂ ਦੇਖਿਆ ਹੋਣਾ ਮੇਰਾ ਪਹਿਲਾ ਵਲੋਗ ਹੈ ਮੇਰੇ ਮਤਲਬ ਯੂਟਿਊਬ ਚੈਨਲ, ਜਦੋਂ ਮੈਂ ਬਣਾਇਆ ਸੀਗਾ ਮੈਂ ਆਪਦਾ ਪਹਿਲਾ ਵਲੋਗ ਉਸ ਗੁਰਦੁਆਰੇ ਤੋਂ ਬਣਾਇਆ ਸੀਗਾ, ਉੱਥੇ ਚੱਲੇ ਹਾਂ। ਮਤਲਬ ਹਰ ਜਦੋਂ ਵੀ ਮੈਂ ਸੰਡੇ ਇੱਥੇ, ਪਹਿਲਾਂ ਸੰਡੇ ਇੱਥੇ ਹੁੰਦਾ ਸੀ ਗੁਰਦੁਆਰਾ ਜਾਇਆ ਕਰਦਾ ਸੀਗਾ, ਅਤੇ ਇਸ ਵਾਰ ਫਿਰ ਸੰਡੇ ਨੂੰ ਆਇਆ ਤਾਂ ਫਿਰ ਚੱਲੇ ਹਾਂ, ਅਤੇ ਉੱਥੇ ਸਮਾਨ ਲੈ ਕੇ ਉੱਧਰ ਉੱਧਰ ਅੱਗੇ ਨਿਕਲ ਜਾਵਾਂਗੇ ਆਪਾਂ। ਆ ਦੇਖ ਨਾਲ ਕਰਨ ਪੱਟੀ ਬਾਈ ਆਪਣੇ, ਅਤੇ ਪਿੱਛੇ ਦੇਖੋ ਸਾਰੇ ਨੇ ਹੈਗੇ ਆਪਣੇ ਕੁਆਤ ਵਿਲਾ, ਹਾਂ ਵੈਰੀ ਗੁੱਡ ਜੀ ਸਰਪੰਚ, ਅਤੇ ਸਮਾਨ ਲੈ ਕੇ ਅੱਗੇ ਗੁਰਦੁਆਰੇ ਜਾਵਾਂਗੇ, ਸਮਾਨ ਲੈ ਕੇ ਗੁਰਦੁਆਰੇ, ਫਿਰ ਅੱਗੇ ਅੱਗੇ ਦੇਖਾਂ ਕਿੱਥੇ ਕਿੱਥੇ ਜਾਂਦੇ ਆਪਾਂ। ਅਜੇ ਟੋਆ ਦਿਖਿਆ ਨੀ ਬਾਹਲਾ ਅੱਗੇ, ਉਹ ਤਾਂ ਡਰਾਈਵਰ ਨੇ ਦਿਖਿਆ ਨੇ ਤੈਨੂੰ, ਫਿਰ ਇਹ ਡਰਾਈਵਰ ਸੀਗਾ ਬਈ, ਕਿਹਨੂੰ ਟੋਆ ਨੀ ਦਿਖਿਆ, ਬਹੁਤ ਵੱਡਾ ਟੋਆ ਸੀ ਨਾਲੇ, ਦੇਖਦੇ ਕਿ ਕੀ ਉੱਧਰ ਵੀ, ਇੱਧਰ ਲੈਫਟ ਵਾਲਾ ਬੰਪਰ ਵੀ ਠੋਕਤਾ, ਰਾਈਟ ਵਾਲਾ ਵੀ ਠੋਕਤਾ, ਦੋਨੇ ਚੈੱਕ ਕਰਨੇ ਪੈਣਗੇ। ਨਹੀਂ ਨਹੀਂ ਬੰਪਰ ਨਹੀਂ ਲੱਗਿਆ, ਬੰਪਰ ਲੱਗਿਆ ਹੋਣਾ, ਸਿੱਧਾ ਇੰਜਨ ਲੱਗਾ, ਇੰਜਨ ਲੱਗਿਆ, ਇੰਜਨ ਕਿਵੇਂ ਲੱਗ ਜੂ ਯਾਰ, ਇਹਦਾ ਕੰਮ ਲਾ ਡਿੱਗੀ ਲੱਗੀ ਹੋਣੀ, ਡਿੱਗੀ ਲੱਗੀ ਹੋਣੀ। ਪਹਿਲਾਂ ਕਨਫਰਮ ਕਰਕੇ ਇਹੀ ਦੁਕਾਨ ਹੈ ਕਿ ਹੈ ਤਾਂ ਟੈਂਟ ਦਾ, ਪਹਿਲਾਂ ਬੰਪਰ ਚੈੱਕ ਕਰੀਏ ਯਾਰ, ਨਹੀਂ ਲੱਗਿਆ ਬੰਪਰ, ਉਹ ਨਹੀਂ ਇੱਕ ਤਾਂ ਉੱਥੋਂ ਲੱਗਿਆ ਸੀਗਾ, ਨਹੀਂ ਲੱਗਿਆ, ਵਾਹ ਤਾਂ ਸੀ ਖਾਸੀ ਯਾਰ, ਕੁਛ ਤਾਂ ਵੱਜਿਆ ਸੀਗਾ, ਮੈਨੂੰ ਧਿਆਨ ਨਹੀਂ ਕੀ ਮਾਰਿਆ ਇਹਨੇ, ਚੱਲ ਦੇਖੀ ਜਾਊਗੀ ਯਾਰ, ਮੈਡਮ ਕਲੀਨ ਡਿੱਗੀ ਲੱਗੀ ਸੀ, ਡਿੱਗੀ ਲੱਗੀ ਸੀ ਭਾਅ ਜੀ, ਅੱਗੇ ਧਿਆਨ ਦੇ, ਅੱਗੇ ਦੇਖ ਤੂੰ, ਹੈਂ ਜਲੰਧਰ ਟੈਂਟ ਵਾਲਾ ਹੈ ਕੋਈ ਇੱਥੇ, ਜਲੰਧਰ ਟੈਂਟ ਵਾਲਾ ਇੱਥੇ ਸਮਾਨ ਮਿਲਦਾ ਕੋਈ, ਉੱਥੋਂ ਸਮਾਨ ਮਿਲਦਾ, ਉੱਥੇ ਨੇੜੇ ਕਿਤੋਂ ਸਮਾਨ ਮਿਲਦਾ, ਦੇਖ ਲਓ ਤੁਹਾਡਾ ਬਲੌਗਰ ਯਾਰ, ਗਲਤੀ ਹੋ ਜਾਂਦੀ ਯਾਰ, ਇੱਡੀ ਕੀ ਗੱਲ ਹੈ, ਆਈ ਹੈ ਲੈ ਸਹੀ, ਓ ਸਹੀ ਹੈ, ਆ ਹੁਣ ਦੇਖ ਮੈਂ ਬਲੌਗਰ ਸੀਗਾ ਯਾਰ, ਮਜ਼ਾਕ ਕਰਦਾ ਸੀਗਾ ਯਾਰ, ਤੇ ਸਮਝਦੇ ਨਹੀਂ ਯਾਰ ਮਜ਼ਾਕ ਨੂੰ, ਕੁੱਤੋਂ ਲਖਾਣਾ ਕਿਸੇ ਦੇ ਲੱਥ ਦੇ ਦੱਸਾਂ ਗੱਲ, ਮੈਂ ਭਾਈ ਝੁੱਲੇ ਆ ਜਾਓ, ਭਾਈ ਝੁੱਲੇ ਝੁੱਲਾ ਨਹੀਂ ਹੈਗਾ ਭਰਾ, ਉਹ ਹੈ ਗਮਲੇ ਰੱਖਣ ਵਾਲਾ, ਇਹਨੇ ਪਰ ਝੁੱਲਾ ਵਿੱਚ ਝੁੱਲਾ ਵੀ ਲੱਗ ਰਿਹਾ, ਧਿਆਨ ਦੇਖੋ ਗਮਲੇ ਰੱਖਣ ਵਾਲਾ ਹੈਗਾ, ਗਮਲੇ ਰੱਖਦੇ ਨੇ ਇੱਥੇ, ਅੱਛਾ ਉਹ ਵੀ ਕੋਲ ਜਾ ਕੇ ਲਾਇਆ ਲੋਕ ਔਖਾ ਹੀ ਜਾਂਦਾ, ਤੂੰ ਕੋਲ ਜਾ ਕੇ ਲਾ ਨਹੀਂ ਚੱਲਦਾ ਹੋਣਾ ਫਿਰ ਗਲਤੀ ਨਾਲ, ਜਾਂ ਬਾਰੀ ਖੁੱਲੀ ਨਹੀਂ ਕੋਈ, ਉਹ ਸੈੱਲ ਵੀਕ ਨਹੀਂ ਡਰਾਈਵਰ ਵੀਕ ਹੈ, ਡਰਾਈਵਰ ਵੀਕ ਹੈ ਤੁਹਾਡਾ, ਗੱਡੀ ਮੈਂ ਵਧੀਆ ਬੈਕ ਕੀਤੀ, ਪੂਰਾ ਵਿਆਹ ਸਮਾਨ ਇੱਥੇ ਤਾਂ ਯਾਰ ਸਹੀ ਹੈ ਯਾਰ, ਸਾਰੇ ਸਮਾਨ ਮਿਲਦਾ ਇੱਥੇ, ਅਰਸ਼ ਬੋਲ ਕੀ ਲੈ ਕੇ ਜਾਣਾ ਤੇਰੇ ਵਿਆਹ ਦਾ, ਪਹਿਲਾਂ ਸਮਾਨ ਬੁੱਕ ਕਰ ਲਈਏ ਆਪਾਂ, ਸਾਰੇ ਸਮਾਨ ਇੱਥੇ ਯਾਰ, ਵਾਹ ਵੰਡਰਫੁਲ,
ਅਸੂ ਰੈਸਪੀ ਬਣਾ ਰਹਾ ਸੀ ਨਾ ਬੋਲਟਨ ਕੀ ਸਮਾਨ ਚਾਹੀਦਾ ਪਹਿਲੇ ਨਹੀਂ ਲਵਤ ਨਾ ਲੈ ਯਾ ਉਹ ਟੈਂਟ ਵਾਲਾ ਸਮਾਨ ਲੈ ਕੇ ਰਹੀ ਜਾਂਦੇ ਆ ਸੱਤ ਦਿਨ ਹੈ ਟੈਂਟ ਵਾਲਾ ਕੀ ਦੈਟਸ ਆ ਸ਼ੈਂਪੇਨ ਓਏ ਜੂਸ ਜੂਸ ਥੋੜੇ ਨਾ ਪੋਜੀਟੋ ਹਾਂ ਚਿੱਟਾ ਮਜੀਕ ਵਾਲਾ ਗੱਪ ਹੈ ਉਹ ਹੁੰਦਾ ਕੋਈ ਕੀ ਕਹਿੰਦੇ ਨੇ ਸ਼ੈਲੋ ਵੀ ਕੋਕ ਨਹੀਂ ਹੁੰਦਾ ਉਹ ਨਹੀਂ ਕੈਮਿਸਟਰੀ ਚ ਨਹੀਂ ਹੁੰਦਾ ਇਹਦੇ ਨਾਲ ਦੀਆਂ ਹਾਂ 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 ਉਹ ਨੋ ਕਹਿੰਦੇ ਆ ਇੰਨਾ ਸਾਰਾ ਸਮਾਨ ਦੇਖਣਾ ਕੀ ਸੀ ਡਿਨਰ ਸੈੱਟ ਆਏ ਕਹਿੰਦੇ ਬੰਦੇ 1 2 3 4 5 6 ਬੰਦੇ ਲੈਣ ਉਹ ਵੀ ਏਡੇ ਵੱਡੇ ਗੱਡੇ ਨੇ ਡਿਨਰ ਸੈੱਟ ਅੱਕੇ ਪਏ ਆ ਕਲੱਬਾਂ ਤੋਂ ਆ ਜਾਓ ਏ 5:30 ਦਾ ਲੋ ਆ ਜੀ ਫੜੋ 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 ਸਾਨੂੰ ਚਾਹ ਤੇ ਬੁਲਾ ਲੈ ਬਥੇਰੇ ਨੇ ਤੂੰ ਚੂਜ਼ ਕਰਨ ਲਵਾਣਾ ਤੁਹਾਡਾ ਕੰਮ ਹੈ ਦੇਖਣਾ ਆ ਦੇਖ ਆ ਡਰਾਈਵਰ ਕੱਚਾ ਨਹੀਂ ਹੋਣਾ ਟੋਆ ਹੁਣ ਇੱਥੇ ਕਾਹ ਤੇ ਨਹੀਂ ਚਾ ਗਿਆ ਯਾਰ ਤੇਰੇ ਟੋਆ ਵੀ ਨਹੀਂ ਦਿਖਿਆ ਮੈਂ ਟੋਆ ਦਿਖਿਆ ਸੀ ਇੱਧਰ ਦਾ ਪਰ ਕਾਹ ਲੱਗ ਰਿਹਾ ਯਾਰ ਬੰਦਾ ਠੀਕ ਹੈ ਯਾਰੇ ਪਤਾ ਨਹੀਂ ਗੱਲ ਓਏ ਅਰਸ਼ ਆਪਣ ਕੱਪ ਦਿਖਾ ਬਈ ਇਹਨਾਂ ਨੂੰ ਜੋ ਸਮਾਨ ਲੈਣਾ ਸੀ ਉਹ ਤਾਂ ਮਿਲਿਆ ਨਹੀਂ ਸਾਨੂੰ ਮਿਲ ਗਿਆ ਯਾਰ ਤੂੰ ਚੱਲ ਤੈਨੂੰ ਗੁਰਦਲ ਲੈ ਕੇ ਜਾਵਾਂਗੇ ਤੂੰ ਚੱਲ ਜਿਹੜਾ ਸਿੱਧਾ ਸੜਕ ਤੇ ਹੁੰਦਾ ਆ ਦੇਖੋ ਚੈੱਕ ਕਰਵਾ ਇਹਨਾਂ ਸਮਾਨ ਤਾਂ ਮਿਲਿਆ ਨਹੀਂ ਸਾਨੂੰ ਤੁਹਾਡਾ ਸਮਾਨ ਮਿਲ ਗਿਆ ਕੱਪ ਫੋਨ ਲੱਗੇ ਸੀ ਲੈ ਲਏ ਯੂਜ਼ ਤਾਂ ਕਰਨਾ ਨਹੀਂ ਪਰ ਆਈ ਪਿਆਰੂ ਮੈਨੂੰ ਪਤਾ ਮੈਂ ਤਾਂ ਮੇਰਾ ਯੂਜ਼ ਹੀ ਹੁੰਦਾ ਬਿਜ਼ਨਸ ਕਹਿੰਦਾ ਬਿਜ਼ਨਸ ਕੇ ਲਾਰ ਮਾਰ ਹੁਣ ਇੱਥੇ ਆਪਾਂ ਨੂੰ ਗੁਰਦੁਆਰਾ ਨੇੜੇ ਪੈਂਦਾ ਜਿਹੜਾ ਆਪਾਂ ਗੁਰਦੁਆਰਾ ਜਾਣਾ ਸੀਗਾ ਗੋਮਟ ਸਿਰ ਉੱਥੇ ਚੱਲਦੇ ਆ ਮੈਂ ਘੁੰਮਿਆ ਤੂੰ ਘੁੰਮਿਆ ਇਹ ਵੀ ਪਹਿਲੀ ਵਾਰ ਚੱਲਿਆ ਇਹ ਵੀ ਪਹਿਲੀ ਵਾਰ ਚੱਲਿਆ ਮੈਂ ਵੀ ਪਹਿਲੀ ਵਾਰ ਚੱਲਿਆ ਤੇ ਤੂੰ ਤਾਂ ਮੇਰਾ 36 ਵਾਰ ਚੜਾਇਆ ਮੈਂ ਤਾਂ ਆਪੇ ਹੀ ਚੱਲਿਆ ਇਹ ਤਾਂ ਮੇਰਾ 36 ਵਾਰ ਗਿਆ ਹੋਇਆ ਇਹਨੂੰ ਨੂੰ ਮੰਨਾ ਆਪਾਂ ਮੈਂ ਤਾਂ ਆਪੇ ਹੀ ਪਹਿਲੇ ਵਲੌਗ 'ਚ ਵੇਖਿਆ ਚੱਪਲ ਉੱਥੇ ਦੋ ਸਾਰਿਆਂ ਚੱਪਲ ਲਾ ਦੇ ਅੰਦਰ ਇਹ ਦੇਖੋ ਸਾਰਿਆਂ ਨੇ ਇਹ ਗੁਰਦੁਆਰਾ ਯਾਦ ਆ ਜਦੋਂ ਮੈਂ ਪਹਿਲਾ ਵਲੌਗ ਬਣਾਇਆ ਸੀ ਆਪਦਾ ਅਰਦਾਸ ਹੋ ਜਾਂਦੀ ਹੁਣ ਅੰਦਰ ਚੱਲਦੇ ਅੰਦਰ ਆਪਾਂ ਚੱਪਲ ਲਾ ਦੇ ਉਹ ਚੱਪਲ ਅੰਦਰ ਲਾ ਦੇ ਹੋਰ ਅੰਦਰ ਲਾ ਦੇ A few moments later. ਹਾਂਜੀ ਦੇਖੋ ਆ ਗਏ ਆਪਾਂ ਘਰੇ ਗੁਰਦੁਆਰੇ ਜਾਣ ਤੋਂ ਬਾਅਦ ਬਾਜ਼ਾਰ ਗਏ ਸੀਗੇ ਉੱਥੇ ਬਾਜ਼ਾਰ ਦੇਖਾਂ ਜਾ ਕੇ ਭਾਂਡੇ ਦੁਕਾਨ ਕੋਈ ਮਿਲੂਗੀ ਮਤਲਬ ਉੱਥੇ ਵੀ ਨਹੀਂ ਸਾਨੂੰ ਨਸੀਬ ਹੋਇਆ ਜੋ ਕਿੰਨੇ ਸੀ ਆਪਾਂ ਡਿਨਰ ਸੈੱਟ ਲੈਣਾ ਸੀਗਾ ਉੱਥੇ ਵੀ ਦੁਕਾਨਾਂ ਬੰਦ ਹੈ ਜਿਹੜੀ ਦੁਕਾਨ ਤੋਂ ਲੈਣਾ ਸੀਗਾ ਟਾਈਮ ਵੀ ਬਹੁਤ ਹੋ ਗਿਆ ਨਾ ਹੁਣ 7:45 ਹੋ ਗਏ ਬੰਦ ਹੋਣੀ ਆ ਤੁਹਾਨੂੰ ਉੱਥੇ ਟਾਈਮ ਲੱਗ ਗਿਆ ਜਾਂਦੇ ਪਹਿਲਾਂ ਤੁਹਾਨੂੰ ਜਾਂਦੇ ਟਾਈਮ ਲੱਗ ਗਿਆ ਸੀਗਾ ਫਿਰ ਗੁਰਦੁਆਰੇ ਗਏ ਗੁਰਦੁਆਰੇ ਚਲੋ ਆ ਗਏ ਸੀਗੇ ਫਿਰ ਦੂਜੀ ਦੁਕਾਨ ਬੰਦ ਹੋ ਗਈ ਸਿੱਧਾ ਹੁਣ ਘਰੀ ਆ ਗਿਆ ਸੀ ਹੁਣ ਉਹ ਗੁਰਦੁਆਰਾ ਹੋ ਗਿਆ ਗੋਮਟ ਸਰ ਪਹਿਲੀ ਵੀਡੀਓ ਬਣਾਈ ਸੀਗੀ ਤੁਸੀਂ ਤੁਹਾਨੂੰ ਲਿੰਕ ਦੇ ਦੂੰਗਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਲਿਓ ਪਹਿਲਾ ਮੇਰਾ ਪਹਿਲਾ ਵਲੌਗ ਸੀਗਾ ਜਦੋਂ ਬਣਾਇਆ ਸੀਗਾ ਐਂਡ ਤੁਸੀਂ ਦੇਖ ਰਹੇ ਹੋਵੋਗੇ ਕਿ ਜੋ ਜਦੋਂ ਤਾਂ ਮੈਂ ਦਿੱਲੀ ਤੋਂ ਰਤੀ ਆਇਆ ਘੱਟੋ ਘੱਟ ਮੈਨੂੰ ਆਪ ਨਹੀਂ ਧਿਆਨ ਦੋ ਤਿੰਨ ਵੀਡੀਓ ਮੈਂ ਬਣਾਤੀ ਹੋਣੀ ਹੈ ਕਿਉਂਕਿ ਨਾ ਕਿ ਉਹ ਰਹਿ ਵੀਡੀਓ ਬਣਾਈ ਆ ਰਿਹਾ ਦੋ ਕਦੇ ਇੱਕ ਦੋ ਤਿੰਨ ਚਾਰ ਪਾਰਟ 'ਚ ਬਣਾਈ ਜਾਂਦਾ ਮੈਂ ਦੋ ਦਿਨ ਤੇ ਮੈਂ ਬਾਹਲੀ ਬੜੀ ਲੰਬੀ ਵੀਡੀਓ ਬਣਾ ਰਿਹਾ ਕੱਟ ਕੱਟ ਕੇ ਬਣਾ ਰਿਹਾ ਕਿ ਥੋੜ੍ਹਾ ਜਿਹਾ ਸ਼ੋਰਟ 'ਚ ਰਹੂਗੀ ਵੀਡੀਓ 'ਚ ਜ਼ਿਆਦਾ ਇੰਟਰਸਟ ਬਣਦਾ ਲੰਬੀ ਵੀਡੀਓ ਜ਼ਿਆਦਾ ਕੋਈ ਅੱਜ ਕੱਲ੍ਹ ਕੋਈ ਪ੍ਰੈਫਰ ਨਹੀਂ ਕਰਦਾ ਮੈਨੂੰ ਪਤਾ ਤਾਂ ਕਰਕੇ ਕੱਟ ਕੱਟ ਕੇ ਵੀਡੀਓ ਬਣਾ ਰਿਹਾ ਇਸ ਕਰਕੇ ਆਪਾਂ ਵੀਡੀਓ 'ਤੇ ਐਂਡ ਕਰਦੇ ਹਾਂ ਇਹ ਵੀ ਐਂਡ ਕਰਦੇ ਬਾਕੀ ਮੈਨੂੰ ਪਤਾ ਦੋ ਵੀਡੀਓ ਐਂਡਿੰਗ ਨਹੀਂ ਹੋਈ ਦੋ ਤਿੰਨ ਜਿੰਨੀ ਮੈਨੂੰ ਧਿਆਨ ਨਹੀਂ ਕਿੰਨੀ ਵੀਡੀਓ ਬਣੀ ਹੈ ਤੂੰ ਹੋ ਗਿਆ ਢੇਰ ਹੋ ਗਿਆ ਮੈਂ ਤਾਂ ਪਹਿਲਾਂ ਗੱਲ ਕਰ ਲੈਣਾ ਮੈਂ ਬਾਅਦ 'ਚ ਕਰੂੰਗਾ ਹੁਣ ਚਸ਼ਮਾ ਕੋ ਪਾ ਕੇ ਪਹਿਲਾਂ ਨਹੀਂ ਪਾਇਆ ਸੀਗਾ ਹੁਣ ਆਪਾਂ ਬਾਹਰ ਜਾਣਾ ਸੀ ਨਾ ਉਦੋਂ ਉੱਧਰ ਸੀਗਾ ਹਾਂ ਉਦੋਂ ਤੇਰੇ ਘਰ ਆਇਆ ਤੇਰੇ ਕੋਲ ਆਇਆ ਸੀਗਾ ਤੇ ਮੈਂ ਪਾ ਰਿਹਾ ਮੈਂ ਚਸ਼ਮਾ ਲਾਇਆ ਨਹੀਂ ਹੁਣ ਦੇਖੋ ਬਹੁਤ ਤੇਰੀ ਗਲਤੀ ਹੈ ਉਹ ਗੱਲ ਮੇਰੇ 'ਤੇ ਆ ਗਈ ਹੁਣ ਪਿਛਲੀ ਵੀਡੀਓ 'ਚ ਕਹੀ ਜਾਂਦਾ ਸੀ ਨਾ ਵੀ ਤੇਰਾ ਚਸ਼ਮਾ ਕਿੱਥੇ ਹੈ
ਮੈਂ ਤਾਂ ਆਪ ਚਸ਼ਮਾ ਲਿਆ ਹੁਣ ਆਪ ਪਤਾ ਨਹੀਂ ਵੀ ਮੈਂ ਗੁੱਸੇ ਲੈਣੇ ਮੈਨੂੰ ਕੋਈ ਆਪਾਂ ਬੰਦੇ ਗਰਾਊਂਡ ਕਰ ਤੂੰ ਕੰਮ ਕਰ ਜਾ ਆਪਦਾ ਮੈਂ ਤਾਂ ਲੇਟ ਹੀ ਹੋਇਆ ਸੀਗਾ ਤੂੰ ਹੀ ਬੁਲਾਇਆ ਲਾਈਕ ਕਰੋ ਸ਼ੇਅਰ ਕਰੋ ਚੈਨਲ ਕਰੋ ਸਬਸਕ੍ਰਾਈਬ ਤੇ ਮਿਲਦੇ ਆਪਾਂ ਐਵੇਂ ਨੈਕਸਟ ਵਲੋਗ ਚ ਕੀ ਪਤਾ ਹੁਣ ਬਾਹਰ ਜਾਵਾਂ ਕੀ ਪਤਾ ਫਿਰ ਵਲੋਗ ਬਣ ਜਾਵੇ ਪਤਾ ਨੀ ਮੈਨੂੰ ਫਿਰ ਕੋਈ ਵਲੋਗ ਆਊਗਾ ਆਊਗਾ ਵਲੋਗ ਆਊਗਾ ਬਾਹਰ ਜਾਊਗਾ ਹੁਣ ਮੈਨੂੰ ਪਤਾ ਹੈ ਦੁਨੀਆਂ 'ਚ ਇੱਕ ਚੀਜ਼ ਹਮੇਸ਼ਾ ਔਨ ਰਹਿੰਦੀ ਹੈ ਇਹਦਾ ਫੋਨ ਇਹਦਾ ਹੈ ਮੈਂ ਫੋਨ ਨੂੰ ਬੈਟਰੀ ਲੋਕ ਹੁੰਦਾ ਮੈਂ ਚਾਰਜ ਲਾ ਦਿੰਦਾ ਮੈਂ ਕਹੀ ਜਾਂਦਾ ਮੈਂ ਉਸੇ ਟਾਈਮ ਚਾਰਜ ਲਾ ਦਿੰਦਾ ਇਹ ਗੱਲ ਬੰਨਣ ਵਾਲੇ ਬੰਦਾ ਸਿਆਣਾ ਹੋ ਗਿਆ ਤੂੰ ਕਹਿਣਾ ਮੇਰਾ ਤੇਰੇ ਤੋਂ ਦੂਰ ਰਹਿਣ ਲੱਗ ਗਿਆ ਨਾ ਤੁਸੀਂ ਦਿੱਲੀ ਵਰਗੇ ਸੀ ਨਾ ਨਹੀਂ ਇੰਨਾ ਇੰਨਾ ਵੀ ਜਾਣਾ ਨਹੀਂ ਹੋਇਆ ਇੰਨਾ ਵੀ ਜਾਣਾ ਨਹੀਂ ਹੋਇਆ ਚੱਲਦੇ ਬਾਹਰ ਆਪਾਂ ਦੇਖਦੇ ਕੋਈ ਹੋਇਆ ਤਾਂ ਵਲੌਗ ਬਣਾਉਣ ਦਾ ਬਣਾਵਾਂਗੇ ਤੁਹਾਨੂੰ ਪਤਾ ਲੱਗ ਜੂਗਾ ਠੀਕ ਹੈ ਓਕੇ ਬਾਏ।